ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਭਾਰਤੀ ਜਨਤਾ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਦੇ ਲਈ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੇ ਲਈ ਭਾਜਪਾ ਦੇ ਵੱਲੋਂ ਸਥਾਨਕ ਗਾਂਧੀ ਨਗਰ ਕੈਂਪ ਬਟਾਲਾ ਤੋਂ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਸਦੱਸਤਾ ਅਭਿਆਨ ਦੇ ਵਿੱਚ ਹਲਕਾ ਬਟਾਲਾ ਇੰਚਾਰਜ ਰਕੇਸ਼ ਗਿੱਲ, ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਟੀਆ, ਵਿਨੋਦ ਗੋਰਾ, ਉਪ ਪ੍ਰਧਾਨ ਵਿਜੇ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਸ਼ਕਤੀ ਸ਼ਰਮਾ, ਹੀਰਾਵਾਲੀਆ ਬਲਵਿੰਦਰ ਮਹਿਤਾ, ਸਤਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੇ ਵਿੱਚ ਆਗੂਆਂ ਨੇ ਕਿਹਾ ਕਿ ਭਾਜਪਾ ਹਰ ਤੀਸਰੇ ਸਾਲ ਆਪਣੀ ਪਾਰਟੀ ਦੇ ਨਾਲ ਨਵੇਂ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਗਾਂਧੀ ਨਗਰ ਕੈਂਪ ਦੇ ਲੋਕਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਹਿੱਸਾ ਲਿਆ, ਉੱਥੇ ਭਾਜਪਾ ਆਗੂਆਂ ਨੂੰ ਕਾਂਗਰਸ ਵੱਲੋਂ ਸੁਨੀਲ ਜਾਖੜ ਦੇ ਹਾਰਨ ਤੋਂ ਬਾਅਦ ਕੈਂਪ ਦੀ ਮੰਦਰ ਵਾਲੀ ਗਲੀ ਬਣਾਉਣ ਦਾ ਕੰਮ ਰੋਕੇ ਜਾਣ ਬਾਰੇ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਆਲ ਇੰਡੀਆ ਪ੍ਰਧਾਨ JP ਨੱਡਾ ਜੀ ਦੀ ਅਗਵਾਈ ਹੇਠ ਸਦੱਸਤਾ ਅਭਿਆਨ ਚਲਾਇਆ ਜਾ ਰਿਹਾ ਔਰ ਜਦੋਂ ਦੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨੇ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਹੁਤ ਜ਼ਿਆਦਾ ਵਧਿਆ। ਸਭ ਤੋਂ ਵੱਡੀ ਪਾਰਟੀ ਬਣ ਕੇ ਭਾਰਤੀ ਜਨਤਾ ਪਾਰਟੀ ਪੂਰੀ ਸਦੱਸਤਾ ਵਿੱਚ ਹੁਣ ਨਵੇਂ ਸਿਰੇ ਤੋਂ ਫਿਰ ਦੁਬਾਰਾ ਜਿਹੜਾ ਸਦੱਸਤਾ ਕਿਉਂਕਿ 3 ਸਾਲ ਬਾਅਦ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡਾ ਇਹ ਵਿਚਾਰਧਾਰਾ ਕਿ ਅਸੀਂ 3 ਸਾਲਾਂ ਬਾਅਦ ਹਰ 3 ਸਾਲਾਂ ਬਾਅਦ ਚੁਣਾਵ ਕਰਾਉਂਦੇ ਹਾਂ ਆਪਣੇ ਸੰਗਠਨ ਦਾ ਔਰ ਸਦੱਸਤਾ ਅਭਿਆਨ ਜਿਹੜਾ ਸਾਡਾ ਚੱਲਦਾ ਔਰ ਅੱਜ ਅਸੀਂ ਪੰਜਾਬ ਵੱਲੋਂ ਬਟਾਲੇ ਦੇ ਵਿੱਚ ਮੇਰੀ ਡਿਊਟੀ ਲੱਗੀ ਔਰ ਸਾਡੇ ਪ੍ਰਧਾਨ ਸਾਡੇ ਰਕੇਸ਼ ਭਾਟੀਆ ਜੀ ਇੱਥੇ ਨਾਲ ਨੇ, ਸਾਡੇ ਸਾਰੇ ਸੀਨੀਅਰ ਲੀਡਰ ਨੇ ਅੱਜ ਇੱਥੇ ਬਟਾਲੇ ਦੇ ਵਿੱਚ ਸਦੱਸਤਾ ਚਾਲੂ ਕਰ ਰਹੇ ਹਾਂ ਔਰ ਜੋ ਟੀਚਾ ਮਿਲਿਆ ਬਟਾਲੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਸਦੱਸਿਆ ਬਣਾਵਾਂਗੇ ਕਿਉਂਕਿ ਜਦੋਂ ਦੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਲੋਕਾਂ ਦੀ ਰੁਚੀ ਭਾਰਤੀ ਜਨਤਾ ਪਾਰਟੀ 'ਚ ਜ਼ਿਆਦਾ ਵਧੀ ਆ। ਲੋਕ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਨੇ ਔਰ ਪਿਛਲੇ ਚੁਣਾਵਾਂ ਦੇ ਵਿੱਚ ਵੀ ਉਹ ਭਾਰਤ ਦੇਖਣ 'ਚ ਮਿਲਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਹੁਤ ਜ਼ਿਆਦਾ ਵਧਿਆ, ਬਹੁਤ ਜਿਹੜਾ ਵੋਟਰ ਵੀ ਆ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਔਰ ਭਾਰਤੀ ਜਨਤਾ ਪਾਰਟੀ ਇੱਕ ਉੱਭਰ ਕੇ ਆਈ ਆ ਔਰ ਮੈਂ ਸਮਝਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੀ ਪਾਰਟੀ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਬਣੇ ਸਦੱਸਿਆ ਬਣਨਗੇ ਔਰ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਪਾਰਟੀ ਬਣੇਗੀ ਔਰ ਸਾਡੇ ਮੋਦੀ ਸਾਹਿਬ ਜੀ ਜਿਹੜੇ ਕਿ ਵਰਲਡ ਵਿੱਚ ਇਸ ਵੇਲੇ ਆਪਣਾ ਸਿੱਕਾ ਕਾਇਮ ਕੀਤਾ ਉਹ ਆਪਣੇ ਜਿਹੜਾ ਇਹ ਜਿਹੜਾ ਉਹ ਹੀ ਆਪਣਾ ਜਿਹੜਾ ਮਾਨ ਸਨਮਾਨ ਦੇਸ਼ ਦਾ ਉਹ ਬਣਾ ਕੇ ਰੱਖੇ। ਬਹੁਤ ਬਹੁਤ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ 6 ਤਰੀਕ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਤਿਉਹਾਰ ਦੇ ਤੌਰ ਦੇ ਉੱਤੇ ਅਸੀਂ ਮਨਾ ਰਹੇ ਹਾਂ ਜਿਹਦੇ 'ਚ ਸਾਡਾ ਸਦੱਸਤਾ ਅਭਿਆਨ ਇਹਨੂੰ ਤਿਉਹਾਰ ਦੇ ਰੂਪ ਦੇ ਵਿੱਚ ਅਸੀਂ ਮਨਾ ਰਹੇ ਹਾਂ। ਪੂਰੇ ਹਿੰਦੁਸਤਾਨ 'ਚ ਅੱਜ ਦੇ ਦਿਨ ਜਦੋਂ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਦਾ ਜਨਮ ਦਿਵਸ ਹੈ ਇਸ ਦਿਹਾੜੇ ਦੇ ਉੱਤੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਦੇ ਕਰਕੇ ਅਸੀਂ ਬਟਾਲਾ ਦੇ ਵਿੱਚ ਬਟਾਲੇ ਜ਼ਿਲ੍ਹੇ ਦੀ ਸ਼ੁਰੂਆਤ ਅੱਜ ਅਸੀਂ ਗਾਂਧੀ ਨਗਰ ਕੈਂਪ ਦੇ ਵਿੱਚੋਂ ਇੱਥੋਂ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਪ੍ਰਭਾਰੀ ਸ਼੍ਰੀ ਰਕੇਸ਼ ਗਿੱਲ ਜੀ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਇਸ ਕਾਰਜਕ੍ਰਮ ਦੇ ਵਿੱਚ ਆਏ ਨੇ। ਇਹਨਾਂ ਦਾ ਮੈਂ ਇੱਥੇ ਆਉਣ 'ਤੇ ਬਹੁਤ ਬਹੁਤ ਸਵਾਗਤ ਕਰਦਾ ਔਰ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਬਟਾਲੇ ਜ਼ਿਲ੍ਹੇ 'ਚੋਂ ਬਹੁਤ ਜ਼ਿਆਦਾ ਵੱਧ ਤੋਂ ਵੱਧ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਅਸੀਂ ਸਦੱਸਤਾ ਜਿਹੜੀ ਹੈ BJP ਦੀ ਕਰਕੇ ਭੇਜਾਂਗੇ ਔਰ ਕਾਰਜਕਰਤਾ 1 ਮਹੀਨਾ ਲਗਭਗ ਇਸ ਕਾਰਜ ਦੇ ਵਿੱਚ ਜੁਟਣਗੇ। ਅਲੱਗ ਅਲੱਗ ਇਲਾਕਿਆਂ 'ਚ ਜਾ ਕੇ ਅਲੱਗ ਅਲੱਗ ਮੁਹੱਲਿਆਂ 'ਚ ਕਲੋਨੀਆਂ 'ਚ ਗਲੀਆਂ 'ਚ ਬਾਜ਼ਾਰਾਂ 'ਚ ਜਾ ਕੇ ਇਸ ਮੈਂਬਰਸ਼ਿਪ ਨੂੰ ਜਿਹੜਾ
ਇਸ ਕਾਰਜਕ੍ਰਮ ਨੂੰ ਸਿਰੇ ਚੜਾਇਆ ਜਾਏਗਾ ਔਰ ਵੱਧ ਤੋਂ ਵੱਧ ਮੈਂਬਰਸ਼ਿਪ ਕਾਲਜ ਕਰ ਦਿੱਤੀ ਜਾਏ। ਬਟਾਲਾ ਤੋਂ ਰਿੰਕੂ ਰਾਜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।